ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਕਰਦੇ ਹਾਂ ਜੀ ਗੁਰੂ ਘਰ ਦਰਸ਼ਨ ਟੇਕ ਕੇ ਮੱਥਾ, ਅਤੇ ਫਿਰ ਕਰਦੇ ਹਾਂ ਜੀ ਤਿਆਰੀ ਅੰਮ੍ਰਿਤਸਰ ਏਅਰਪੋਰਟ ਨੂੰ ਜਾਣ ਦੀ। ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਢੁੱਡੀਕੇ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ। ਲਓ ਬਈ ਬੈਗ ਬਾਹਰ ਆ ਗਏ ਆ ਅਤੇ ਡਰਾਈਵਰ ਲਗਾ ਰੱਖਣਾ। ਹੁਣ ਕਰਾਉਣ ਲੱਗੇ ਜੀ ਮੁੰਡੇ ਦਾ ਮੂੰਹ ਮਿੱਠਾ, ਅਤੇ ਇਸ ਤੋਂ ਬਾਅਦ ਸਾਰਿਆਂ ਨੂੰ ਮਿਲ ਗਿਲ ਕੇ ਪਾਉਂਦੇ ਹਾਂ ਜੀ ਚਾਲੇ। ਲਓ ਜੀ ਪਹੁੰਚ ਗਏ ਅੰਮ੍ਰਿਤਸਰ, ਅਤੇ ਇੱਧਰ ਚੱਲਦੇ ਹਾਂ ਜੀ ਹੁਣ ਏਅਰਪੋਰਟ ਸਾਈਡ।
ਜੀ ਹੁਣ ਸਾਰਿਆਂ ਨੂੰ ਮਿਲ ਗਿਆ ਲੈ ਅਤੇ ਹੁਣ ਕਰਦੇ ਹਾਂ ਜੀ ਏਅਰਪੋਰਟ ਦੇ ਅੰਦਰ ਐਂਟਰੀ ਅਤੇ ਦਿਖਾਉਂਦੇ ਹਾਂ ਤੁਹਾਨੂੰ ਅੰਦਰ ਦਾ ਮਾਹੌਲ। ਲਓ ਜੀ ਲੱਗ ਗਏ ਲਾਈਨ 'ਚ, ਇੱਥੇ ਬੈਗ ਸਕੈਨ ਹੋਣਗੇ ਅਤੇ ਆਪਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਦਾ ਬੋਰਡਿੰਗ ਪਾਸ। ਲਓ ਜੀ ਹੁਣ ਬੈਠ ਗਏ ਆਪਾਂ ਵੇਟਿੰਗ ਹਾਲ 'ਚ ਅਤੇ ਇੱਥੇ ਬੈਠ ਕੇ ਆਪਾਂ ਪਲੇਨ ਦੀ ਵੇਟ ਕਰਾਂਗੇ ਅਤੇ ਜਦੋਂ ਪਲੇਨ ਆ ਜਾਊਗਾ ਅਤੇ ਉਦੋਂ ਸਾਰੇ ਲਾਈਨ ਅਪ ਹੋ ਜਾਣਗੇ ਜਿਵੇਂ ਕਿ ਤੁਹਾਨੂੰ ਨੈਕਸਟ ਕਲਿੱਪ ਵਿੱਚ ਦਿਖਾਇਆ ਜਾਊਗਾ। ਅਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਸਾਰੇ ਲਾਈਨ ਅਪ ਹੋ ਚੁੱਕੇ ਨੇ, ਵਾਰੋ ਵਾਰੀ ਲਾਈਨ ਵਾਈਜ਼ ਸਭ ਨੂੰ ਬੁਲਾ ਰਹੇ ਨੇ ਅਤੇ ਹੁਣ ਆਪਾਂ ਜਹਾਜ਼ 'ਚ ਐਂਟਰ ਹੋਣ ਲੱਗੇ ਹਾਂ ਜੀ। ਅਤੇ ਆਹ ਦੇਖੋ ਇੱਥੋਂ ਤੋਂ ਬਾਹਰਲਾ ਮਾਹੌਲ, ਦੇਖੋ ਟਰੈਕਟਰ ਮੈਸੀ ਊਂਜ ਦਾ, ਮੈਸੀ ਦੇ ਨਾਲ ਹਿੰਦੁਸਤਾਨ ਅਤੇ ਇੱਧਰ ਨੀਚੇ ਮੈਸੀ ਫੋਰਮ। ਇਹ ਆ ਜੀ ਜਹਾਜ਼ ਦੇਖੋ ਮੂਹਰਲਾ ਹਿੱਸਾ ਇਹਦਾ ਅਤੇ ਬਹੁਤ ਥੱਲੇ ਸਮਾਨ ਅਤੇ ਹੁਣ ਆਪਾਂ ਐਂਟਰ ਹੋਣ ਲੱਗੇ ਹਾਂ। ਇਹ ਹੈ ਜੀ ਆਪਣਾ ਅੰਮ੍ਰਿਤਸਰ ਤੋਂ ਦਿੱਲੀ ਦਾ ਐਰੋਪਲੇਨ, ਛੋਟਾ ਜਹਾਜ਼ ਡੋਮੈਸਟਿਕ ਏਅਰਲਾਈਨ। ਪਲੇਨ ਨੂੰ ਹੁਣ ਘੁੰਮ ਘੁੰਮਾ ਕੇ ਲਿਆ ਕੇ ਰਨਵੇ 'ਤੇ ਚਾੜਨ ਲੱਗੇ ਨੇ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਭਰ ਲਈ ਅੰਬਰੀ ਉਡਾਣ ਅਤੇ ਹੁਣ ਹੋ ਗਏ ਹਵਾ 'ਚ ਅਤੇ ਹੁਣ ਥੋੜ੍ਹੇ ਟਾਈਮ ਤੱਕ ਪੱਤਣੀ ਲੱਗ ਜਾਣਾ। ਆਪਾਂ ਨੂੰ ਏਅਰ ਇੰਡੀਆ ਵਾਲੇ ਮੀਲ ਦੇ ਕੇ ਗਏ ਨੇ। ਮੀਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਰੂਟੀ ਵਾਟਰ ਅਤੇ ਇੱਕ ਸੈਂਡਵਿਚ। ਪਲੇਨ ਹੁਣ ਬੱਦਲਾਂ ਨੂੰ ਚੀਰਦਾ ਹੋਇਆ ਪੱਤਣੀ ਲੱਗ ਚੁੱਕਿਆ ਹੈ ਅਤੇ ਇਸ ਟਾਈਮ ਬਿਲਕੁਲ ਸਟੇਬਲ ਹੈ। ਮੀਲ ਖਾਂਦਿਆਂ ਖਾਂਦਿਆਂ ਆਪਾਂ ਅੰਮ੍ਰਿਤਸਰ ਤੋਂ ਦਿੱਲੀ ਪਹੁੰਚ ਚੁੱਕੇ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਦਿੱਲੀ ਅਜੇ 200 ਕਿਲੋਮੀਟਰ ਦੂਰ ਹੈ ਅਤੇ ਹੁਣ ਦਿੱਲੀ ਪਹੁੰਚ ਚੁੱਕੇ ਹਾਂ ਅਤੇ ਹੁਣ ਲੈਂਡ ਹੋਣ ਲੱਗਾ ਜਹਾਜ਼ ਅਤੇ ਮਿਲਦੇ ਹਾਂ ਜੀ ਏਅਰਪੋਰਟ 'ਤੇ। ਹੁਣ ਪਲੇਨ ਲੈਂਡ ਹੋਣ ਲੱਗਿਆ ਅਤੇ ਝਟਕਾ ਲੱਗਣ ਸਾਰ ਇੱਕਦਮ ਥੱਲੇ ਲੱਗ ਜਾਵੇਗਾ ਅਤੇ ਲਓ ਜੀ ਦੇਖੋ ਹੁਣ ਇਹ ਲੈਂਡ ਹੋ ਚੁੱਕਿਆ ਅਤੇ ਫਰ ਨਿਕਲ ਆਏ ਨੇ ਅਤੇ ਇਹ ਉਦੋਂ ਹੀ ਨਿਕਲਦੇ ਨੇ ਜਦੋਂ ਬਹੁਤ ਤੇਜ਼ ਰਫ਼ਤਾਰ 'ਚ ਜਹਾਜ਼ ਨੂੰ ਬਹੁਤ ਧੀਮੀ ਗਤੀ 'ਚ ਕਰਨਾ ਆਉਂਦਾ ਹੈ ਲੈਂਡ ਹੋਣ ਵੇਲੇ। ਲਓ ਜੀ ਪਲੇਨ ਹੁਣ ਦਿੱਲੀ ਲੈਂਡ ਹੋ ਚੁੱਕਿਆ ਅਤੇ ਆਪਾਂ ਨਿਕਲਦੇ ਹਾਂ ਪਲੇਨ 'ਚੋਂ ਬਾਹਰ ਅਤੇ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਵਿੱਚ। ਤਦ ਤੱਕ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।